हाँ जी, आप फ्रंट तो हाँ घर जिदा इतों स्टार्ट करते हैं। जिदा कैलीफोर्निया कि घर जिदा फ्रंट तो आ एंट्रेंस है घर की मेन, तो गराज उधर दो गड्डियां का गराज जिदा आ इधर तो फ्रंट चाड़ देता करदे काम थोड़ा चेंज करना करके खलारा जहा पिया अंदर इतने लकड़ होंगी है जिदा रंग जहा किया होंगे कई तरह का अड्डो अड्डो कोई काले रंग दी होंगी कोई कहो जहा रंग कर लोग आह पा लेंगे जिदा इधर इन्हें थे इधर ले ड्राइव इतने थोड़ा जहा पत्थर जहा पाया हुआ आ मेन है इधर बड़ा गेट आ गया मान लो वो अंदर हाँ अंदरली बीड़ी जिदा बनावे कुछ देखे अंदरों कच्चा ही है अंदर सामने इतने दो तीन गड्डिया जिदा लगन जगह हैगी अंदर बंदे दे इतने दो गड्डिया जिदा इतने भी लग जानियाँ आ जरा ट्रैप भी यदा बने हुआ था एक आ भी देव कोई राय भीर जी दे सकता यदा तहाली टाही तोड़ती गए जिदा पहले उन्दर से पता नहीं उन्होंने न्याण नहीं उन्होंने तोड़ी हुई है कि उन्होंने तोड़ तोड़ती मतलब केले कूलते ने जे कि पता भी तहत कोई उगर आऊगा दोबारे किसी हिले वसीले जा क्योंकि नहीं तो उन्हें शैडा भी निकलना फिर इदा नहीं तो पट के लाना पैना इस थे कोई होर इतों भी बूझा पट्टे अज एक सारे ज फैलर है खड़ा जी गेने इतने जिदा आ पानी वाला सिस्टम लगा वो मीटर लगे मीटर लगा बिजली के बिल फ्यूज ने सारे लेकिन गराज वाला कपड़े धोना जिथे उ किचन का सारे जिदा बेडरूम आते सारे जिदा लिखे हुए जिदा सारी अपडेट इत इदा आ टूटी लगी इतने इधर साइड वाला डोर आ गया दूजा इधर इधर गराज डोर अंदरले बंदे एक आ जाता सामना आला दुआला डेड एंड ही होंगे अगे गह गह कुछ है नहीं स्ट्रीट मुकदी इतने सोलर वाली लाइटा जी लगी रात में जिदा नेरा जो तो संडा अमेरिका उधर थोड़ा जहा लगता खिलारा जहा पिया जिदा ना कम करते करके जाना चाहिए समान समून लैन गड्डी जिदा
ਦਿੱਤਾ ਕੋਈ ਉੱਧਰ ਨੇ ਟਾਇਰ ਪਵਾ ਕੇ ਲਿਆਉਂਦੇ ਨਵੇਂ ਇਹਦੇ ਫਿਰ ਪੈਂਚਰ ਹੋਈ ਜੇ ਤਾਂ ਇਹਦੇ ਲੱਗਾ ਹੋਇਆ ਕਿੱਲਾ ਆਹ ਲੱਗਾ ਕਿੱਲਾ ਇਹਨੂੰ ਦੇਖਿਆ ਸੀ ਉਹਨੂੰ ਕੱਢਿਆ ਸੀ ਦੇਖਦੇ ਹਾਂ ਕਦ ਕਦਰ ਹੁਣ ਅੱਜ ਸੰਡੇ ਹੈਗਾ ਸੰਡੇ ਕਰਕੇ ਹੁਣ ਕੋਈ ਅੱਜ ਨਾ ਦਾ ਖੁੱਲ੍ਹਾ ਕਿਤੇ ਲੋਡ ਕਰਨ ਵਾਲਾ ਕੱਲ੍ਹ ਨੂੰ ਇਹਨਾਂ ਨੇ ਡੀਲਰਸ਼ਿਪ 'ਤੇ ਲੈ ਕੇ ਜਾਂਦੇ ਹਾਂ ਅਤੇ ਦੇਖਦੇ ਹਾਂ ਜਿੱਦਾਂ ਵੀ ਇਹਨੂੰ ਅੱਧਾ ਸੰਡੇ ਜਿੱਦਾਂ ਗੱਡੀ ਤੋਂ ਬਿਨਾਂ ਇੱਥੇ ਕੁਛ ਨਹੀਂ ਹੈਗਾ ਬਾਹਰਲੇ ਦੇਸਾਂ 'ਚ ਗੱਡੀ ਪੈਰ ਨੇ ਅਸਲ ਬੰਦੇ ਦੀ ਆਹ ਗੱਡੀ ਪੈਂਚਰ ਹੋਈ ਖੜੀ ਉਹਦੇ 'ਚ ਘਰੇ ਵੱਜੇ ਨਾ ਕਿਧਰੇ ਜਾਣ ਜੋਗੇ ਦੁਕਾਨਾਂ ਵੀ ਅੱਜ ਸੌਪਾਂ ਵੀ ਬੰਦ ਨੇ ਸਾਰੀਆਂ ਜਿੱਥੋਂ ਠੀਕ ਕਰਾਉਣੀ ਲੱਗਾ ਬੁਖਾਰਾ ਸਿਸਟਮ ਕਿਸੇ ਦੇ ਉਹ ਪਾਰਕ ਆਪਣੇ ਘਰ ਦੀ ਇੰਨਾ ਕੁ ਦੂਰ ਆ ਘਰ ਤੋਂ ਪਾਰਕ ਜਿੱਦਾਂ ਉਹ ਪਾਰਕ ਆ ਗਿਆ ਸਾਹਮਣੇ ਅੱਜ ਤਾਂ ਹੈ ਨਹੀਂ ਨਿਆਣੇ ਇੱਥੇ ਨਹੀਂ ਇੱਥੇ ਜਿੱਦਾਂ ਨਿਆਣੇ ਖੇਡਣ ਖੁੱਲਣ ਲੱਗੇ ਪਏ ਹੁੰਦੇ ਫੁੱਟਬਾਲ ਉਹਨਾਂ ਨੂੰ ਟ੍ਰੇਨਿੰਗ ਦੇਣ ਵਗੈਰਾ ਲੱਗੇ ਪਏ ਹੁੰਦੇ ਆ ਉਹ ਉੱਧਰ ਆਉਂਦੀ ਆ ਲੋਅ ਰਾਈਡਰ ਬਾਕੀ ਚਲੋ ਜੀ ਤੁਹਾਨੂੰ ਦਿਖਾਉਂਦੇ ਹਾਂ ਗਾਹਾਂ ਬੈਕ ਜਾੜ ਦੀ ਵੀ ਦਿੰਦੇ ਹਾਂ ਦਿਖਾਉਂਦੇ ਹਾਂ ਜਾਣਕਾਰੀ ਬੈਕ ਜਾੜ ਕਿੱਦਾਂ ਦਾ ਆਪਣਾ ਆ ਇੱਥੋਂ ਆਪਣਾ ਬੈਕ ਜੜ ਸ਼ੁਰੂ ਹੋ ਜਾਂਦਾ ਆ ਗਾਰਬੇਜ ਪਏ ਆ ਰੋਜ਼ ਦਾ ਗਾਰਬੇਜ ਜਿੱਦਾਂ ਇਹ 'ਚ ਬੋਤਲਾਂ ਜਾਂ ਗੱਤਾ ਗੁੱਤਾ ਇਹ 'ਚ ਇੱਦਾਂ ਮਗਰ ਆਪਣਾ ਘਾਹ ਫੂਸ ਜਿੱਦਾਂ ਇੱਦਾਂ ਕੋਈ ਆਪਾਂ ਬੂਟੇ ਬਾਟੇ ਪੜਦੇ ਹਾਂ ਰੱਖਾਂ ਵਾਲੇ ਦੋ ਖਾਲੀ ਪਿਆ ਹਜੇ ਆ ਇੱਧਰ ਜਿੱਦਾਂ ਸਿਆਲਾਂ 'ਚ ਧੂਣੀ ਵਗੈਰਾ ਲਾਉਣੀ ਹੁੰਦੀ ਹੈਗੀ ਉਹਦੇ ਵਾਸਤੇ ਬਣਾਈ ਹੋਈ ਜਗ੍ਹਾ ਬੈਠਣ ਬੂਠਣ ਨੂੰ ਇੱਦਾਂ ਜਿੱਦਾਂ ਇੱਥੇ ਬੰਦਾ ਗੱਦੇ ਲਿਆ ਕੇ ਰੱਖ ਸਕਦਾ ਉਦੋਂ ਜਿੱਦਾਂ ਬੰਦਾ ਗੱਦੇ ਰੱਖ ਲਏ ਛੋਟਾ ਜਿਹਾ ਰੱਖਿਆ ਟੈਂਟ ਜਿੱਦਾਂ ਸਾਂ ਵਾਸਤੇ ਕਈ ਵਾਰੀ ਜਿੱਦਾਂ ਪ੍ਰੋਗਰਾਮ ਕਰਨਾ ਇੱਕ ਦੋ ਦਿਨਾਂ ਨੂੰ ਉਹਦੇ ਵਾਸਤੇ ਤਾਂ ਕੱਢਿਆ ਸੀਗਾ ਵੀ ਦੇਖਦੇ ਹਾਂ ਕਿੱਦਾਂ ਨਾ ਇਹਨਾਂ 'ਚ ਜੀ ਵਾਟਰ ਸਿਸਟਮ ਲਾਇਆ ਗਾ ਅਤੇ ਉਹ ਦੇਖਦੇ ਹਾਂ ਸਹੀ ਰਹਿੰਦਾ ਬਾਹਰ ਰੱਖੀਆਂ ਨੇ
ਕੁਰਸੀਆਂ ਜਿਹੀਆਂ ਸ਼ਾਮ ਨੂੰ ਬੈਠਣ, ਜਿਵੇਂ ਹੁਣ ਸ਼ਾਮ ਦਾ ਟਾਈਮ ਹੋਇਆ ਪਿਆ 6 ਵਜੇ ਦਾ, ਇਹ ਘੁੰਮਣਾ ਉਹ ਝੂਲੇ ਜਵਾਕਾਂ ਵਾਸਤੇ, ਤੂਤ ਲੱਗਾ ਉਹ ਪੁਰਾ ਕੱਚਾ ਥਾਂ, ਉਹ ਬੂਟੇ ਬਾਟੇ ਲਾਉਣ ਵਾਸਤੇ ਤਾਂ ਉਹ ਲਾਏ ਨਹੀਂ 1-2 ਕਾਜੇ, ਹਜੇ ਹੌਲੀ ਹੌਲੀ ਸੈੱਟ ਕਰਦੇ ਹਾਂ ਜੀ, ਜਿੱਦਾਂ ਘਰ ਹਜੇ ਹੁਣੀ ਲਿਆ ਥੋੜ੍ਹਾ ਚਿਰ ਹੋਇਆ ਪਰਮਾਤਮਾ ਦੀ ਕਿਰਪਾ ਨਾਲ, ਹਜੇ ਥੋੜ੍ਹੀ ਬਹੁਤ ਸੈਟਿੰਗ ਜੀ ਕਰਦੇ ਪਿਆ, ਜਿੱਦਾਂ ਇੱਧਰ ਬੱਚਾ ਬਾਲਟੀ 'ਚ ਵੜਦਾ ਹੋਇਆ, ਬਹਿ ਜਾ ਵਿੱਚ, ਬਹਿ ਜਾ ਵਿੱਚ, ਬਾਲ ਕੱਢ ਦੇ, ਨਲਕਾ ਨਿਕਾ ਇੱਧਰੋਂ ਮਾਗਰਲੀ ਸਾਈਡ ਘਰ ਦੀ ਬੈਕ ਸਾਈਡ, ਕੱਪ ਕੁੱਪ ਜੀ ਕਿਲਰੀ ਦੀ, ਬੋਲ ਵਿੱਚ ਹਿੱਟ ਕੇ ਫਿਰ ਵੜਦਾ ਪਾਣੀ 'ਚ, ਬਾਲਟੀ 'ਚ ਵੜ ਕੇ ਬਹਿ ਜਾਂਦਾ, ਉਹ ਨਲਕਾ ਉਹਦੇ ਨਾਲ ਹੀ ਲੱਗਾ, ਹਟ ਜਾ ਪੁੱਤ, ਐਡਾ ਹੋ ਗਿਆ ਨਾਲ ਤਾਂ ਵਿੱਚ ਵੜਦਾ, ਨਾਲੇ ਆ ਬਾਲ ਲਾਗੇ ਰੱਖਣੀ ਨਾਲ ਪਾਣੀ 'ਚ, ਤਾਂ ਡਬਾਉਣੀ ਕਿਹਦਾ, ਉਹ ਮਾਂਗਰ ਘਰ ਆ ਗਏ ਉੱਧਰ ਇੱਧਰ ਵੀ ਸਾਈਡ 'ਤੇ, ਸੋਲਰ ਸਿਸਟਮ ਲੱਗਾ, ਜਿੱਦਾਂ ਇੱਦਾਂ ਜੇ ਆਪਾਂ ਲੈਂਦੇ ਹਾਂ ਘਰ ਥੋੜ੍ਹਾ ਚਿਰ ਪੁਰਾਣਾ, ਜਿੱਦਾਂ ਜਿਹਨੂੰ ਇਹਨੂੰ 3-4 ਸਾਲ ਪੁਰਾਣਾ ਜਿੱਦਾਂ ਇਹ ਘਰ, ਅਤੇ ਕਈ ਬੰਦੇ ਜਿਹੜੇ ਹੁੰਦੇ ਆ ਉਹ ਫਿਰ ਇੱਦਾਂ ਜਿੱਦਾਂ ਆਹ ਲਾਇਆ ਸਾਰਾ ਕੁਛ ਲੱਗਿਆ ਆਪਾਂ ਨੂੰ ਮਿਲਿਆ, ਜਿੱਦਾਂ ਆਹ ਪਹਿਲੇ ਓਨਰ ਨੇ ਲਾਇਆ ਸੀਗਾ, ਜਿੱਦਾਂ ਫਰਸ਼ ਫੁਰਸ਼ ਮਾਂਗ ਰਾਹ ਨਹੀਂ ਦਾ ਜਿਹੜਾ ਸਾਰਾ, ਅਤੇ ਆਹ ਜਿਹੜਾ ਘਰ ਜਿਹਾ ਪਾਇਆ ਹੋਇਆ ਮਾਂਗਰ, ਇਹ ਵੀ ਉਹ ਉੱਪਰਾ ਨਿੱਕਾ ਘਰ ਆ ਕੁੱਤੇ ਵਾਲਾ, ਉਹ ਵੀ ਇੱਦਾਂ ਹੀ ਆ ਸਾਰਾ ਜਿੱਦਾਂ ਉਹਨਾਂ ਦੀ ਸੀਗਾ ਮਾਗਰ ਕੀਤਾ ਹੋਇਆ, ਇੱਦਾਂ ਆਹ ਘਾਹ ਦੂਜਾ ਆਪਣਾ ਲੱਗਾ ਟੈਂਪਰੇਰੀ ਆ, ਜੇ ਆਪਾਂ ਨਵਾਂ ਘਰ ਲੈਂਦੇ ਹਾਂ ਜਮਾਂ ਬ੍ਰੈਂਡ ਨਿਊ, ਫਿਰ ਇਹ ਜਿੱਦਾਂ ਇੱਦਾਂ ਆ ਫੁੱਲ ਬੂਟੇ ਕੁਛ ਨਹੀਂ ਲੱਗਿਆ ਹੁੰਦਾ, ਜਾਂ ਆਹ ਚੀਜ਼ ਕੁਛ ਵੀ ਇੱਦਾਂ ਕੋਈ ਚੀਜ਼ ਨਹੀਂ ਹੁੰਦੀ ਜਮਾਂ ਮਾਗਰ, ਮਿੱਟੀ ਹੁੰਦੀ ਆ ਬਸ, ਆਹ ਸਮਿੰਟ ਵੀ ਜਿਹੜਾ ਪਿਆ ਹੁੰਦਾ ਇਹ ਵੀ ਬਸ ਮਾੜਾ ਜਿਹਾ ਪਿਆ ਹੁੰਦਾ, ਲਾ ਲਓ ਥੋੜ੍ਹੀ ਜਗ੍ਹਾ 'ਤੇ, ਆਹ ਜਿਹੜਾ ਸਾਰਾ ਬਣਿਆ ਨਹੀਂ ਨਾ ਹੈਗਾ, ਆਹ ਤੂਣੀ ਧਾਣੀ ਲਾਉਣ ਨੂੰ ਇਹ ਸਾਰਾ ਬਾਅਦ 'ਚ ਹੀ ਬਣਾਇਆ ਉਹਨਾਂ ਨੇ, ਪਾਣੀ ਦੇ ਵਿੱਚ ਵੜ ਜਾਂਦਾ ਬਾਹਰ ਨਿਕਲ ਜਾਂਦਾ ਤਾਂ ਰੋਣ ਲੱਗ ਜਾਂਦਾ, ਇੱਦਾਂ ਸਾਰਾ ਕੱਚਾ ਹੀ ਹੈਗਾ ਇਹ ਜਿੱਦਾਂ, ਇੱਥੇ ਸਮਿੰਟਾਂ ਜੇ ਪਵਾਉਣਾ ਸੀ ਜਾਂ ਉਹ ਮਗਰ ਵੱਡਾ ਗੇਟ ਲੱਗਿਆ ਹੋਇਆ, ਆਈਟਾਂ ਉਟਾਂ ਪਈਆਂ ਨੇ ਨਿੱਕੀਆਂ ਜਿੱਦਾਂ, ਇਹ ਸਾਰੀਆਂ ਤੋਂ ਵੱਧ ਲੈਂਦੀਆਂ ਵਰਤੋਂ 'ਚ, ਹਜੇ ਹੁਣੀਆਂ ਆ ਅਸੀਂ ਵੀ ਇੱਥੇ ਮੂਵ ਹੀ ਹੋਏ ਹਜੇ ਬਸ, ਅੱਜ ਤਾਂ ਕੈਮਰਾ ਲੱਗਾ ਹੋਇਆ ਇੱਧਰ ਵਾਇਰਲੈਸ, ਇੱਕ ਹੋਰ ਲੱਗਾ ਕੈਮਰਾ ਉੱਧਰ ਉਹ ਕਾਲਾ ਜਿਹਾ ਨਹੀਂ ਹੋਣਾ ਵਿੱਚ, ਵਾਇਰਲੈਸ ਕੈਮਰਾ ਜਿੱਦਾਂ ਡਿਸਾਂ ਲੱਗੀਆਂ, ਹਾਂ ਨਿੰਬੂਆਂ ਦਾ
ਇੱਥੋਂ ਦਿਖਾਉਂਦੇ ਜੀ ਸਾਰਾ। ਆ ਛੋਟਾ ਕਮਰਾ ਜਿੱਦਾਂ ਆਹ ਬਣਿਆ ਮਗਰ ਏਦਾਂ ਸਮਾਨ ਸਮੂਨ ਰੱਖਣ ਨੂੰ ਆਪਣੇ ਲਈ ਹੁੰਦਾ ਕੋਈ ਵਾਧੂ ਸਮਾਨ ਸਮੂਨ ਹੁੰਦਾ ਉਹ। ਡੱਬੇ ਡੁੱਬੇ ਜਿੱਦਾਂ ਅਸੀਂ ਮੂਵ ਹੋਏ ਸੀਗੇ ਛੱਡਦੇ ਬਹੁਤਾ ਗਲਾਸ ਛੱਡਦੇ ਹੁਣ ਪੀ ਲਿਆ ਤਾਂ ਛੱਡਦੇ ਗਲਾਸ ਪੈਣਾ ਇਕੱਠਾ ਕਰਨਾ ਪੈਣਾ ਆਪਾਂ ਚੱਲ ਪੀ ਜਾ ਰਹੇ। ਆਹ ਵੀ ਬਾਈਕ ਰੂਮ ਵੀ ਦਿਖਾਈ ਦੀਏ ਸਾਨੂੰ ਇੱਥੇ ਜਿੱਦਾਂ ਆਪਣਾ ਆ ਪਿੱਛੇ ਗਾਰਡਨ ਦਾ ਸਮਾਨ ਸਮੂਨ ਆਹ ਚੀਜ਼ਾਂ ਚੂਜ਼ਾਂ ਕਹੀ ਕੁਹੀ ਹੋਰ ਆਲਮ ਸਲਮ ਜਾ ਡੱਬੇ ਡੁੱਬੇ ਪਏ ਜਿੱਦਾਂ ਉਹ ਸਵਿਮਿੰਗ ਪੂਲ ਪਿਆ ਦੂਜਾ ਉਹ ਕ੍ਰਿਸਮਿਸ ਟ੍ਰੀ ਆ ਡੱਬੇ ਪਏਗਾ ਇੱਧਰ ਆ ਰੱਖਿਆ ਇਹਦਾ ਜਿੱਦਾਂ ਬਹੁਤ ਵਧੀਆ ਰਹਿੰਦਾ ਇਹ ਕਮਰਾ ਜਿੱਦਾਂ ਵਧੀਆ ਨਾਲ ਸੀਗਾ ਮਾਂਗਰ ਬਣਾਇਆ ਹੋਇਆ ਉਹਨਾਂ ਨੇ ਅੱਗ ਵਾਸਤੇ ਇਹਦੇ ਹੁਣ ਸਮਾਨ ਸਮੂਨ ਇੱਥੇ ਕੁਛ ਮਰਜ਼ੀ ਰੱਖਿਆ ਉਹ ਨਹੀਂ ਆਪਣਾ ਸਾਰਾ ਇਹ ਸਮਾਨ ਗਰਾਹ 'ਚ ਰੱਖਣਾ ਪੈਂਦਾ ਜਿੱਦਾਂ ਆਪਣੇ ਆਮ ਹੀ ਬੰਦੇ ਜਾਂ ਕੋਈ ਵੀ ਹਰੇਕ ਹੀ ਬੰਦਾ ਜਿੱਦਾਂ ਗਰਾਹ 'ਚ ਰੱਖਦਾ ਹੁੰਦਾ ਜਿੱਦਾਂ ਹੈ ਨਾ ਇਹ ਤਾਂ ਲਾਊਟ ਜ਼ਿਆਦਾ ਆ ਮਾਂਗਰ ਜਗ੍ਹਾ ਜ਼ਿਆਦਾ ਹੈਗੀ ਤਾਂ ਕਰਕੇ ਉਹਨਾਂ ਨੇ ਬਣਾ ਲਿਆ ਨਹੀਂ ਇੰਨੀ ਜਿੱਦਾਂ ਘੱਟ ਜਗ੍ਹਾ ਹੁੰਦੀ ਹੈ ਗਰਾਹ ਮਾਂਗਰ ਜਿਵੇਂ ਆਹ ਘਰ ਨਾਲ ਇਹਦੇ ਵੀ ਘੱਟ ਹੈਗੀ ਉਹ ਪਰਲਾ ਵੀ ਜਿੱਦਾਂ ਠੀਕ ਆ ਯਾਨੀ ਕਿ ਕਈਆਂ 'ਤੇ ਜ਼ਿਆਦਾ ਜਗ੍ਹਾ ਹੁੰਦੀ ਹੈਗੀ ਜਿੱਦਾਂ ਜਿਹੜੇ ਘਰ ਕੋਰਨਰ 'ਤੇ ਆ ਜਾਂਦੇ ਆ ਉਹਨਾਂ ਦੇ ਉਹ ਜ਼ਿਆਦਾ ਜਗ੍ਹਾ ਹੁੰਦੀ ਹਮੇਸ਼ਾ ਉਹਨਾਂ ਦੇ ਉਹ ਘਰ ਜ਼ਿਆਦਾ ਵੱਡੇ ਹੁੰਦੇ ਹੈਗੇ ਜਿੱਦਾਂ ਆਮ ਨਾਲੋਂ ਲਾਊਟ ਉਹਨਾਂ ਦੀ ਜ਼ਿਆਦਾ ਵੱਡੀ ਹੁੰਦੀ ਹੈਗੀ ਇੰਨੀ ਕੁ ਜਾਣਕਾਰੀ ਸੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ।